ਸੋ ਮਹਲਾ ਬੈਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ ਜੁਗ ਜੁਗ ਫੇਰ ਬਟਾਈਐ ਗਿਆਨੀ ਬੁੱਝੇ ਤਾਂ ਸਤਜੁਗ ਰਤ ਸੰਤੋਖ ਕਾ ਪਰਮ ਅਗੈ ਰਥਵਾ ਤ੍ਰਿਤੇ ਰਥ ਜਤੇ ਕਾ ਜੋਰ ਅਗੈ ਰਥਵਾ ਦਵਾਪਰ ਰਥ ਤਪੈ ਕਾ ਸਤ ਅਗੈ ਰਥਵਾ कलजुग रथ अगन का कूड़ अग्ञ रथवा महला पहला शाम कह शैतंबर स्वामी सच में आछय साच रहे सबको सच समावे ਰਿਗ ਕਹੈ ਰਹਾ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਇ ਲੈ ਪਰਾਛਤ ਜਾਹਿ ਨਾਨਕ ਤਉ ਮੁਖ ਅੰਤਰ ਪਾਹਿ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੰਭਿਆ बार जात गोपी ले आया बिंद्रा बन में रंग किया कल में बेद अथर्वण हुआ नाऊ खुदाई अल्लाह बहया नील ले कपड़े पहरे तुर्क पठाणी अमल किया ਚਾਰੇ ਮੇਨ ਹੋਏ ਸਚਾਰ ਪੜੈ ਗੁਣੈ ਤਿਨ ਚਾਰ ਵਿਚਾਰ ਬਹੁ ਭਗਤ ਕਰ ਨੀਤ ਸਦਾਏ ਤਉ ਨਾਨਕ ਪ੍ਰਮੋਖੰਤਰ ਪਾਏ ਪਉੜੀ ਸਤਗੁਰ ਵਿਟੋ ਵਾਰਿਆ ਜਿਤ ਮਿਲੇ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸੇ ਬਣ ਜਾ ਰਿਆ ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰੇ ਆ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਹੋ ਇਸ ਸ਼ਲੋਕ ਜਿਸ ਦਾ ਪਾਠ ਆਪ ਜੀ ਨੇ ਸਮਨ ਕੀਤਾ ਹੈ ਇਸ ਸ਼ਲੋਕ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਪ੍ਰਚਲਿਤ ਖਿਆਲਾਂ ਦਾ ਸਾਖੀਆਂ ਦਾ ਜਿਨ੍ਹਾਂ ਨੂੰ ਕੁਝ ਲੋਕ ਇਤਿਹਾਸਕ ਕਹਿੰਦੇ ਨੇ ਕੁਝ ਮਿਥਿਆਸਕ ਕਹਿੰਦੇ ਅਸੀਂ ਇਸ ਬਹਿਸ ਤੋਂ ਉੱਤੇ ਉੱਠਣਾ ਨਾ ਅਸੀਂ ਇਤਿਹਾਸਕ ਤੇ ਮਿਥਿਆਸਕ ਦੀ ਉਲਝਣ ਵਿੱਚ ਫਸਣਾ ਅਸੀਂ ਤਾਂ ਗੁਰੂ ਪਾਤਸ਼ਾਹ ਜੀ ਦੇ ਉਸ ਤਤਵ ਗਿਆਨ ਨੂੰ ਪ੍ਰਾਪਤ ਕਰ ਗੁਰੂ ਪਾਤਸ਼ਾਹ ਜੀ ਨੇ ਹਮੇਸ਼ਾ ਇਹ ਨਿਯਮ ਅਪਣਾਇਆ ਕਿ ਪਹਿਲਾਂ ਜੋ ਗੱਲਾਂ ਪ੍ਰਚਲਿਤ ਹਨ ਲੋਕਾਂ ਵਿੱਚ ਉਹਨਾਂ ਦਾ ਵਰਣਨ ਕੀਤਾ ਫਿਰ ਆਪਣਾ ਜੋ ਗੁਰਮਤ ਦਾ ਸਿਧਾਂਤ ਹੈ ਉਸ ਦਾ ਵਰਣਨ ਕੀਤਾ ਤੋ ਇਸ ਲਈ ਸਾਨੂੰ ਜਾਣਕਾਰੀ ਹਿੱਤ ਇਸ ਸ਼ਲੋਕ ਦੀ ਵਿਚਾਰ ਕੰਨ ਹਿੱਸਿਆਂ ਵਿੱਚ ਕਰਨੀ ਪਵੇ ਅਖਰੀ ਅਰਥ ਕਰਕੇ ਤੇ ਇੱਕ ਸਮੇਂ ਵਿੱਚ ਹੀ ਪੂਰਾ ਹੋ ਸਕਦਾ ਪਰ ਇਹ ਕੇ ਗੱਲ ਨੂੰ ਵਿਚਾਰਨ ਤੇ ਰੜਕਣ ਵਾਸਤੇ ਸਮਾਂ ਚਾਹੀਦਾ ਆਓ ਇਸ ਦੀ ਵਿਚਾਰ ਕਰਦੇ ਸ਼ਲੋਕ ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਮੁਖਾਰਿਬਿੰਦੂ ਉਚਾਰਨ ਕੀਤਾ ਹੈ ਇਸ ਸ਼ਲੋਕ ਨਾਨਕ ਮੇਰ ਸਰੀਰ ਕਾ ਨਾਨਕ ਜੀ ਫਰਮਾਉਂਦੇ ਹਨ ਹਰ ਜੁਗ ਦੇ ਅੰਦਰ ਇਹ ਜਿਹੜਾ ਸਰੀਰ ਹੈ ਇੱਕ ਮੇਰੂ ਮਣਕੇ ਦੀ ਤਾਰ ਮਾਲਾ ਤੁਸੀਂ ਦੇਖੀ ਐ ਸੁਣੀ ਉਹਦੇ ਅੰਦਰ ਇੱਕ ਮਣਕਾ ਹੁੰਦਾ ਜਿਹਦੇ ਵਿੱਚੋਂ ਦੋਵਾਂ ਪਾਸਿਆਂ ਦਾ ਧਾਗਾ ਲੰਘਦਾ ਉਹਨੂੰ ਮੇਰੂ ਮਣਕਾ ਕਹਿੰਦੇ ਆ ਤੋ ਮਹਾਰਾਜ ਕਹਿੰਦੇ ਨੇ ਚਾਰ ਯੁਗ ਹਨ ਚਾਰਾਂ ਯੁਗਾਂ ਦੇ ਅੰਦਰ ਜਿਹੜਾ ਸਰੀਰ ਹੈ ਉਹ ਮੇਰੂ ਹੈ ਉਹ ਮੁਖ ਹੈ ਜਿਵੇਂ ਮេរੂ ਪਰਬਤ ਦੇ ਦੁਆਲੇ ਸਾਰੇ ਗ੍ਰਹਿ ਪੁੰਦੇ ਹਨ ਸਾਰੇ ਦੀਪਾਂ ਦਾ ਇਹ ਕੇਂਦਰ ਹੈ ਤੇ ਇਸ ਵਿੱਚ ਸੋਨਾ ਤੇ ਹੀਰੇ ਮਿਲਦੇ ਹਨ ਜਿਵੇਂ ਮਾਲਾ ਦੇ 108 ਮਣਕਿਆਂ ਵਿੱਚ ਸਰਤਾਜ ਮਣਕਾ ਮេរੂ ਹੈ ਜਿਵੇਂ ਮੋਤੀਆਂ ਦੇ ਹਾਰ ਦਾ ਸ਼੍ਰੋਮਣੀ ਮੋਤੀ ਮੇਰੂ ਖਵਾਂਦਾ ਤੇ ਮੈਂ ਪ੍ਰਭੂ ਦੀ ਰਚਨਾ ਦੀਆਂ ਬੇਅੰਤ ਜੂਨੀਆਂ ਵਿੱਚੋਂ ਸ਼ਰਮਣੀ ਜੂਨ ਮਨੁੱਖਾ ਜੂਨ ਮੇਰੂ ਖਵਾਂਦੀ ਅਤੇ ਮਨੁੱਖਾ ਸਰੀਰ ਬਾਕੀ ਸਭ ਜੂਨੀਆਂ ਦੇ ਸਰੀਰਾਂ ਵਿੱਚੋਂ ਮੇਰੂ ਮੇਰ ਸਰੀਰ ਦਾ ਸਰੀਰਾਂ ਵਿੱਚੋਂ ਮੇਰ ਸਰੀਰ ਹੈ ਦੇ ਸਾਰੀਆਂ ਜੁਨੀਆਂ ਦੇ ਸਰੀਰਾਂ ਵਿੱਚੋਂ ਮੇਰੂ ਸਰੀਰ ਦਾ ਸ਼ਰੂਮਣੀ ਸਰੀਰ ਹੈ। ਭਾਵ ਮਨੁੱਖਾ ਸਰੀਰ ਦੇ ਵਾਸਤੇ ਇਹ ਮੇਰੂ ਅਖਰ ਵਰਤਿਆ ਗਿਆ। ਅੱਗੇ ਹੈ ਰਥ। ਕਾਠ ਉਪਨਿਸ਼ਦ ਵਿੱਚੋਂ ਮਨੁੱਖਾ ਸਰੀਰ ਨੂੰ ਰਥ ਨਾਲ ਉਪਮਾ ਦਿੱਤੀ ਗਈ ਹੈ। ਭਾਵ ਸਰੀਰ ਨੂੰ ਰੱਤ ਸਮਝੋ ਤੇ ਆਤਮਾ ਨੂੰ ਇਸ ਰੱਥ ਦਾ ਰਥਵਾਹੀ ਜਾਣੋ ਰੱਥਵਾ ਰਥ ਨੂੰ ਚਲਾਣ ਵਾਲਾ ਹੁੰਦਾ ਜੁਗ-ਜੁਗ ਹਰੇਕ ਜੁਗ ਵਿੱਚ ਜੁਗਿ ਸ੍ਰਿਸ਼ਟੀ ਦੀ ਇੱਕ ਉਮਰ ਨੂੰ ਜੁਗ ਕਿਹਾ ਜਾਂਦਾ ਜੁਗ ਗਿਣਤੀ ਵਿੱਚ ਚਾਰ ਹਨ ਸਤਜੁਗ ਤ੍ਰੇਤਾ ਦਵਾਪਰ ਤੇ ਕਾਲਿ ਹਰ ਇੱਕ ਯੁਗ ਦੀ ਉਮਰ ਕਰਮ ਅਨੁਸਾਰ ਵਰਣਨ ਕੀਤੀ ਜਾਂਦੀ ਹੈ ਅਸੀਂ ਉਸ ਉਮਰ ਤੋਂ ਕੁਝ ਨਹੀਂ ਲੈਣਾ ਅਸੀਂ ਤੇ ਗੁਰੂ ਸਾਹਿਬ ਜੀ ਦੇ ਉਸ ਕਥਨ ਨੂੰ ਸਮਝਣਾ ਦੋ ਇਹ ਸਾਰਾ ਸਮਾਂ ਮਿਲਾ ਕੇ ਇੱਕ ਮਹਾਯੁਗ ਬਣਦਾ ਹੈ ਹਰ ਇੱਕ ਯੁਗ ਦੀ ਉਮਰ ਤਰਤੀਬ ਵਾਰ ਘਟਦੀ ਗਈ ਹੈ ਇਸ ਸੰਬੰਧੀ ਖਿਆਲ ਇਹ ਹੈ ਕਿ ਇਹਨਾਂ ਜੁਗਾਂ ਵਿੱਚ ਦੇ ਜੀਵਾਂ ਦਾ ਸਰੀਰਕ ਬਲ ਤੇ ਆਚਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਇਸ ਕਰਕੇ ਜੁਗਾਂ ਦੀ ਉਮਰ ਵੀ ਨਾਲੋਂ ਨਾਲ ਘਟਦੀ ਜਾ ਰਹੀ ਵਟਾਈਆਂ ਦਾ ਮਤਲਬ ਹੈ ਵਟਾਏ ਜਾਂਦੇ ਹਨ ਬਦਲ ਦੇ ਲੈਂਦੇ ਹਨ ਗਿਆਨੀ ਗਿਆਨ ਵਾਲੇ ਮਨੁੱਖ ਤਾਂ ਇਸ ਗੱਲ ਨੂੰ ਸਮਝ ਲੈਂਦੇ ਹਨ ਸਤਜੁਗ ਵਿੱਚ ਤ੍ਰੇਤੇ ਵਿੱਚ ਇਸੇ ਤਰ੍ਹਾਂ ਦੁਆਪਰ ਤੇ ਕਲਯੁਗ ਦਾ ਵਰਨ ਹੈ ਆਓ ਹੋਰ ਅਸ਼ੀ ਵਿਚਾਰ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਰਮਾਇਆ ਏ ਨਾਨਕ 84 ਲੱਖ ਜੂਨਾ ਵਿੱਚੋਂ ਸ਼੍ਰੋਮਣੀ ਮਨੁੱਖਾ ਸਰੀਰ ਦਾ ਇੱਕ ਰਥ ਤੇ ਇੱਕ ਰਥ ਵਾਈ ਪਾਵੇ ਜ਼ਿੰਦਗੀ ਦਾ ਇੱਕ ਲੰਮਾ ਸਫਰ ਹੈ ਮਨੁੱਖ ਮੁਸਾਫਰ ਹੈ ਇਸ ਲੰਮੇ ਸਫਰ ਨੂੰ ਸੌਖੇ ਤਰੀਕੇ ਨਾਲ ਤੈਅ ਕਰਨ ਵਾਸਤੇ ਜੀਵ ਸਮੇਂ ਦੇ ਪ੍ਰਭਾਵ ਵਿੱਚ ਆਪਣੀ ਮਤ ਅਨੁਸਾਰ ਕਿਸੇ ਨਾ ਕਿਸੇ ਦੀ ਅਗਵਾਈ ਵਿੱਚ ਤੁਰ ਰਹੇ ਹਨ ਕਿਸੇ ਨਾ ਕਿਸੇ ਦਾ ਆਸਰਾ ਤਕ ਰਹੇ ਪਰ ਜਿਉਂ-ਜਿਉਂ ਸਮਾਂ ਗੁਜ਼ਰਦਾ ਜਾ ਰਿਹਾ ਹੈ ਜੀਵਾਂ ਦੇ ਸਬਾਅ ਬਦਲ ਰਹੇ ਹਨ ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਜ਼ਿੰਦਗੀ ਦਾ ਮਨੋਰਥ ਵੀ ਬਦਲ ਰਿਹਾ ਹੈ ਤਾਂ ਤੇ ਹਰੇਕ ਯੁੱਗ ਵਿੱਚ ਇਹ ਰੱਥ ਤੇ ਰਥਵਾਈ ਮੁਰਮੁੜ ਬਦਲਦੇ ਰਹਿੰਦੇ ਇਸ ਬੇਦ ਨੂੰ ਸਿਆਣੇ ਮਨੁੱਖ ਸਮਝਦੇ ਸਤਜੁਗ ਵਿੱਚ ਮਨੁੱਖਾ ਸਰੀਰ ਦਾ ਰਤ ਸੰਤੋਖ ਹੁੰਦਾ ਤੇ ਅੱਗੇ ਨਿਥਵਾਈ ਧਰਮ ਹੈ। ਭਾਵ ਜਦੋਂ ਮਨੁੱਖ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ ਧਰਮ ਹੋਵੇ। ਧਰਮ ਜੀਵਨ ਮਨੋਰਥ ਹੋਣ ਕਰਕੇ ਸੁਤੇ ਹੀ ਸੰਤੋਖ ਉਹਨਾਂ ਦੀ ਸਵਾਰੀ ਹੁੰਦਾ। ਸੰਤੋਖ ਵਾਲਾ ਸੁਭਾਅ ਜੀਵਨ ਦੇ ਅੰਦਰ ਪਰਵਰਨ ਹੁੰਦਾ। ਇਹ ਜੀਵ ਮਾਨੋ ਸਤਜੁਗੀ ਹਨ। ਸਤਜੁਗ ਵਿੱਚ ਵਸ ਰਹੇ ਤ੍ਰੇਤੇ ਯੁੱਗ ਵਿੱਚ ਮਨੁੱਖਾ ਸਰੀਰ ਦਾ ਰੱਥ ਸਤ ਤੇ ਇਸ ਜਤ ਰੂਪ ਰੱਥ ਦੇ ਅੱਗੇ ਰਥਵਾਈ ਜ਼ੋਰ ਹੈ ਭਾਵੇਂ ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਸੂਰਮਤਾ ਹੋਵੇ ਤਦੋਂ ਸੁਤੇ ਹੀ ਜਤ ਉਹਨਾਂ ਦੀ ਸਵਾਰੀ ਹੁੰਦਾ ਸੂਰਮਤਾ ਦੇ ਪਿਆਰੇ ਮਨੁੱਖਾਂ ਦੇ ਅੰਦਰ ਜਤੀ ਰਹਿਣ ਦਾ ਬਲਬਲਾ ਸਭ ਤੋਂ ਵੱਧਿਕ ਪਰਬਲ ਹੁੰਦਾ ਦੁਆਪਰ ਯੁੱਗ ਵਿੱਚ ਮਨੁੱਖਾ ਸਰੀਰ ਦਾ ਰੱਥ ਤਪ ਤੇ ਇਸ ਤਪ ਰੂਪ ਰੱਥ ਦੇ ਅੱਗੇ ਰਥਵਾਈ ਸਤ ਹੁੰਦਾ ਭਾਵ ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ ਕਿਉਂਕਿ ਜਿਹੜਾ ਸਤ ਅਖਰ ਗੁਰਬਾਣੀ ਵਿੱਚ ਚਾਹੁੰਦਾ ਉਹ ਆਚਰਨ ਵਾਸਤੇ ਕਰੈਕਟਰ ਵਾਸਤੇ ਧਨ ਵਾਸਤੇ ਹੁੰਦਾ ਭਾਪ ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ ਤਦੋਂ ਸੁਤੇ ਹੀ ਤਪ ਉਹਨਾਂ ਦੀ ਸਵਾਰੀ ਹੁੰਦਾ ਉੱਚੇ ਆਚਰਨ ਦੇ ਆਸ਼ਕ ਆਪਣੇ ਸਰੀਰਕ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬਚਾਉਣ ਦੀ ਖਾਤਰ ਕਈ ਤਰ੍ਹਾਂ ਦੇ ਤਪ ਕਸ਼ਟ ਚਲਦੇ ਹੈ ਕਲਯੁਗ ਵਿੱਚ ਮਨੁੱਖਾ ਸਰੀਰ ਦਾ ਰਥ ਕ੍ਰਿਸ਼ਨਾ ਅਗੋ ਹੈ ਤੇ ਇਸ ਅਗ ਰੂਪ ਰਥ ਦੇ ਅੱਗੇ ਨਥਵਾਈ ਕੂੜ ਹੈ ਭਾਵ ਜਦੋਂ ਜੀਵਨ ਦੀ ਜ਼ਿੰਦਗੀ ਦਾ ਮਨੋਰਥ ਕੂੜ ਠੱਗੀ ਆਦਕ ਹੋਵੇ ਤਦੋਂ ਸੁਤੇ ਹੀ ਕ੍ਰਿਸ਼ਨਾ ਰੂਪੀ ਆਗੋ ਨਾਲ ਦੀ ਸਵਾਰੀ ਹੁੰਦੀ ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਦਰਸ਼ਨਾ ਅਗ ਪਰਕਦੀ ਰਹਿੰਦੀ ਇਸ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ Hindu ਮਤ ਅਨੁਸਾਰ ਜੁਗਾਂ ਦੀ ਕੀਤੀ ਹੋਈ ਵੰਡ ਤੇ ਵਿਚਾਰ ਕਰਦੇ ਹੋਏ ਫਰਮਾਉਂਦੇ ਹਨ ਕਿ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਦੇ ਪਹਿਲੇ ਦੀ ਪਛਾਣ ਕਰਨ ਵਾਸਤੇ ਜੀਵਾਂ ਦੇ ਆਮ ਪਰਵਿਰਤੀ ਸੁਭਾਅ ਬਲ ਵੇਖੋ ਜਿੱਥੇ ਧਰਮ ਪਰਭਰ ਹੈ ਉੱਥੇ ਮਾਨੂੰ ਸਤਜੁਗ ਦਾ ਰਾਜ ਹੈ ਤੇ ਜਿੱਥੇ ਕੂੜ ਪ੍ਰਧਾਨ ਹੈ ਉੱਥੇ ਸਮਝੋ ਕਲਜੁਗ ਦਾ ਪਹਿਰਾ ਜੁਗਾਂ ਦਾ ਪ੍ਰਭਾਵ ਜਗਤ ਤੇ ਨਹੀਂ ਹੈ ਜਗਤ ਦੇ ਜੀਵਾਂ ਦਾ ਸੁਭਾਅ ਤੇ ਆਚਰਣ ਬਦਲਣ ਨਾਲ ਮਾਨੂੰ ਜੁਗ ਬਦਲ ਗਏ ਲੋ ਹੁਣ ਅਸੀਂ ਅਖਰੀ ਅਰਥ ਵੀ ਕਰਦੇ ਨਾਨਕ ਮੇਲ ਸਰੀਰ ਕਾ ਇੱਕ ਰਥ ਇੱਕ ਰਥਵਾ ਨਾਨਕ ਜੀ ਫਰਮਾਉਂਦੇ ਹਨ ਇਹ ਜਿਹੜਾ ਸਰੀਰ ਹੈ ਇਹ ਮਾਨੋ ਮੇਰੂ ਮਣਕਾ ਹੈ ਇਹ ਸ਼੍ਰੋਮਣੀ ਹੈ ਇਹਨੂੰ ਅਸੀਂ ਸਾਰੇ ਮੰਨਦੇ ਹਾਂ ਤੇ ਹਰ ਧਰਮ ਦੇ ਮਹਾਂਪੁਰਖਾਂ ਨੇ ਇਹੋ ਹੀ ਕਿਹਾ ਹਾਂ ਪਰਮਾਤਮਾ ਦੀ ਰਚਨਾ ਵਿੱਚ 84 ਲੱਖ ਜੋਨ ਸੁਭਾਈ ਪਰ ਮਾਨਸ ਕੋ ਪ੍ਰਭ ਦੀ ਵਡਿਆਈ ਪਗਤ ਜੀ ਨੇ ਕਿਹਾ ਇਸ ਸਾਰੇ ਸੰਸਾਰ ਦੀ ਰਚਨਾ ਵਿੱਚ ਹੈ ਬੰਦੇ ਤੇਰੀ ਸਰਦਾਰੀ ਕਿਉਂਕਿ ਅਬਰ ਜਹਨ ਤੇਰੀ ਪਹਿਹਾਰੀ ਹੋਰ ਜਿਤਨੀਆਂ ਜੁਨੀਆਂ ਹਨ ਉਹ ਤੇਰੀਆਂ ਪਾਣੀ ਹਾਰ ਹਨ ਤੇਰੇ ਹੁਕਮ ਵਿੱਚ ਕੰਮ ਕਰਦੀਆਂ ਹਨ ਤੋ ਗੁਰੂ ਨਾਨਕ ਬਾਦਸ਼ਾਹ ਜੀ ਨੇ ਸਮਝਾਇਆ ਨਾਨਕ ਮੇਰ ਸਰੀਰ ਦਾ ਇੱਕ ਰੱਥ ਇੱਕ ਰਥਵਾ ਇਹ ਵੀ ਸਾਡੇ ਸਮਝਾਉਣ ਵਾਸਤੇ ਇਹ ਜਿਹੜਾ ਸਰੀਰ ਹੈ ਇਹਨੂੰ ਰੱਥ ਮੰਨੇ ਤੇ ਇਸ ਰੱਥ ਨੂੰ ਜਿਹੜਾ ਚਲਾਉਣ ਵਾਲਾ ਹੈ ਉਹ ਰਥਵਾਈ ਇਹ ਗੱਲ ਅਸੀਂ ਆਮ ਸਮਝਨੇ ਢੰਗਾ ਹੋਵੇ ਰੱਥ ਹੋਵੇ ਰੱਥ ਇੱਕ ਸਵਾਰੀ ਦਾ ਸਾਧਨ ਹੈ ਇਹ ਦੋ ਪਹੀਆਂ ਵਾਲਾ ਵੀ ਹੁੰਦਾ ਚਾਰ ਪਹੀਆਂ ਵਾਲਾ ਵੀ ਹੁੰਦਾ ਵੱਡਾ ਵੀ ਹੁੰਦਾ ਛੋਟਾ ਵੀ ਹੁੰਦਾ ਪਰ ਗੱਲ ਤਾਂ ਰੱਥ ਤੇ ਰਥਵਾਨ ਦੀ ਹੋ ਰਹੀ ਰੱਥ ਉਹ ਜਿਹਦੇ ਤੇ ਬੈਠ ਕੇ ਅਸੀਂ ਸਫ਼ਰ ਕਰਦੇ ਰਥਵਾਨ ਉਹ ਜਿਹੜਾ ਇਸ ਰੱਥ ਨੂੰ ਚਲਾਉਂਦਾ ਹੈ ਇਹ ਪਹਿਲੀ ਪੰਕਤੀ ਦਾ ਅਰਥ ਹੋ ਗਿਆ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਂ ਜੁਗ-ਜੁਗ ਫੇਰ ਬਟਾਈਐ ਗਿਆਨੀ ਬੁੱਝੈ ਤਾ ਜੁਗ-ਜੁਗ ਫੇਰ ਬਟਾਈਐ ਜਿਸ ਤਰ੍ਹਾਂ ਜਿਸ ਤਰ੍ਹਾਂ ਜੁਗ ਬਦਲਦੇ ਹਾਂ ਉਸੇ ਤਰ੍ਹਾਂ ਇਹ ਰਥ ਤੇ ਰਥਵਾਂ ਬਦਲ ਪਰ ਇਸ ਗੱਲ ਨੂੰ ਗਿਆਨੀ ਗਿਆਨਵਾਨ ਵਿਚਾਰ ਕਰਨ ਵਾਲੇ ਜੋ ਮਨੁੱਖ ਨੇ ਉਹ ਸਮਝਦੇ ਆਮ ਬੰਦਾ ਨਹੀਂ ਸਮਝੇ ਆਮ ਬੰਦਾ ਤੇ ਕਹਿੰਦਾ ਜੀ ਖਾਓ ਪੀਓ ਕਰੋ ਆਨੰਦ ਇਹ ਜਗ ਮਿੱਠਾ ਅਗਲਾ ਕਿਨੇ ਡਟ ਜਿਹੜੇ ਵਿਚਾਰਵਾਨ ਨੇ ਉਹ ਇਸ ਗੱਲ ਨੂੰ ਸਮਝਦੇ ਸਤਜੁਗ ਰਤ ਸੰਤੋਖ ਦਾ ਧਰਮ ਅਗਰਥਵਾ ਹੁਣ ਸਤਜੁਗ ਦੇ ਗੱਗੇ ਨੂੰ ਸਿਆਰੀ ਹੈ ਸਤਜੁਗ ਦੇ ਅੰਦਰ ਇਸ ਸਰੀਰ ਦੀ ਸਵਾਰੀ ਲਈ ਸੰਤੋਖ ਦਾ ਰਾਤੀ ਜਿਹਦਾ ਅਸੀਂ ਅਰਥ ਕਰਾਂਗੇ ਕਿ ਮਨੁੱਖੀ ਸੁਭਾਅ ਵਿੱਚ ਸੰਤੋਖ ਦੀ ਪ੍ਰਧਾਨਤਾ ਸੀ ਲਾਲਚ ਨਹੀਂ ਸੀ ਸਵਾਰਥ ਨਹੀਂ ਸੀ ਤੇ ਉਸ ਵੇਲੇ ਜਿਹੜਾ ਧਰਮ ਸੀ ਉਹ ਰਥਵਾਨ ਸੀ ਇਸ ਰਥ ਨੂੰ ਚਲਾਉਣ ਵਾਲਾ ਸੀ ਤ੍ਰੇਤੇ ਰਥ ਜਤੈ ਕਾ ਹੁਣ ਤ੍ਰੇਤੇ ਦੇ ਤੱਤੇ ਨੂੰ ਦੋ ਲਾ ਮੰਨੇ ਤ੍ਰੇਤੇ ਵਿੱਚ ਜਿਹੜਾ ਰਥ ਸੀ ਉਹ ਜਤੈ ਕ ਗਤ ਕਹਿੰਦੇ ਨੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਨਾ ਕਾਬੂ ਕਰਨਾ ਭੈੜੇ ਪਾਸੇ ਜਾਣ ਤੋਂ ਰੋਕਣਾ ਪਰ ਇਹ ਕੰਮ ਕਮਜ਼ੋਰ ਬੰਦੇ ਨਹੀਂ ਕਰਦੇ ਇਹ ਜੋਰ ਅਗਰਥਵਾ ਜਿਨ੍ਹਾਂ ਵਿੱਚ ਬਲ ਸੀ ਉਹ ਆਪਣੇ ਇੰਦਰੀਆਂ ਨੂੰ ਕਾਬੂ ਪਾਉਂਦੇ ਤੇ ਗਤੀ ਸਤੀਓ ਕਰੰਦੇ ਜੋ ਕਿ ਉਹਨਾਂ ਨੂੰ ਪਤਾ ਸੀ ਜਿਹੜਾ ਵਿਕਾਰੀ ਬੰਦਾ ਹੈ ਉਹ ਮੈਦਾਨੇ ਜੰਗ ਵਿੱਚ ਜੂਝ ਨਹੀਂ ਸਕਦਾ ਉਹ ਸ਼ੇਵਕਾਰਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਦੁਆਪਰ ਰਥ ਤਪੈ ਕਾ ਸਤ ਅਗੈਰਥਵਾ ਇਹ ਠੀਕ ਹੈ ਕਈ ਵਿਦਵਾਨਾਂ ਨੇ ਇਥੇ ਸਤ ਦਾ ਅਰਥ ਸੱਚ ਕੀਤਾ ਪਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਜੋ ਗੁਰਬਾਣੀ ਦੀਆਂ ਲਗਾਮਾਤਰਾਂ ਨੂੰ ਆਧਾਰ ਬਣਾ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਦੇ ਉਹਨਾਂ ਨੇ ਸਤ ਦੇ ਤਿੰਨ ਰੂਪ ਬਿਆਨ ਕੀਤੇ ਇੱਕ ਸਸ ਤਤ ਮੁਕਤ ਸਤ ਇੱਕ ਸਸ ਤਤ ਨੂੰ ਔਂਕਰ ਸਤ ਇੱਕ ਸਸ ਤਤ ਨੂੰ ਸਿਆਰੀ ਸਤ ਤੋ ਇਹਨਾਂ ਤਿੰਨਾਂ ਦੇ ਉਹਨਾਂ ਨੇ ਅਰਥ ਵੀ ਵੱਖ-ਵੱਖੀ ਦਿੱਤੇ ਨੇ ਇੱਕ ਸਤ ਹੈ ਜਿਹੜਾ ਗਿਣਤੀ ਲਈ ਹੈ ਇੱਕ ਸਤ ਹੈ ਜਿਹੜਾ ਆਚਰਨ ਕੈਰੇਕਟਰ ਦਾਨ ਲਈ ਹੈ ਇੱਕ ਸਤ ਹੈ ਜੋ ਸਦਾ ਸੱਚ ਰਹਿਣ ਵਾਲਾ ਤੋ ਅਖਿਆ ਦੁਆਪਰ ਰਥ ਤਪੈ ਕ ਸਤ ਅਗੈ ਰਥਵਾ ਦੁਆਪਰ ਦੇ ਰਾਰੇ ਨੂੰ ਸਿਆਰੀ ਹੈ ਦੁਆਪਰ ਦੇ ਅੰਦਰ ਰਤ ਸੀ ਤਪ ਕਰਨ ਦਾ ਤੇ ਤਪ ਕਰਨ ਵਾਸਤੇ ਬੰਦੇ ਨੂੰ ਆਪਣੇ ਆਚਰਨ ਤੇ ਕਾਬੂ ਪਾਉਣਾ ਪੈਂਦਾ ਹੈ ਤਪ ਤਾਂ ਹੀ ਕੀਤਾ ਜਾ ਸਕਦਾ ਹੈ ਤੋਂ ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਤਿੰਨਾਂ ਯੁਗਾਂ ਦੇ ਵਰਣਨ ਤੋਂ ਬਾਅਦ ਕਲ ਯੁਗ ਰਤ ਅਗਨ ਕਾ ਕੂੜ ਅਗੈਰ ਥਵਾ ਹੁਣ ਕਲਯੁਗ ਦੇ ਗੱਗੇ ਨੂੰ ਸਿਆਰੀ ਹੈ ਕਲਯੁਗ ਦੇ ਅੰਦਰ ਜਿਹੜਾ ਰਤ ਹੈ ਉਹ ਅਗਦਾ ਅਗਦਾ ਮਤਲਬ ਤ੍ਰਿਸ਼ਨਾ ਦਾ ਤੇ ਉਸ ਤ੍ਰਿਸ਼ਨਾ ਦੀ ਪੂਰਤੀ ਨਹੀਂ ਕੂੜ ਅਗੈਰ ਥਵਾ ਜਿਹੜਾ ਝੂਠ ਹੈ ਉਹ ਰਤਮਾਨ ਤੋ ਇਹ ਪਹਿਲੇ ਸ਼ਲੋਕ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਪ੍ਰਚਲਿਤ ਹਿੰਦੂ ਮਤ ਦੇ ਖਿਆਲਾਂ ਸਾਡੇ ਸਾਹਮਣੇ ਵਿਸਤਾਰ ਨਾਲ ਵਰਨਨ ਕਰ ਦਿੱਤਾ। ਤੋਂ ਇਸ ਤੋਂ ਅਗਲੇ ਵਿਚਾਰ ਅੱਗੇ ਫਿਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।